ਖਬਰਾਂ ਦੇ ਹਾਰ ਪਰ ਦੀ ਤਾਜ਼ਾ ਕੜੀ ਲੈ ਕੇ ਤੁਹਾਡੇ ਰੂਬਰੂ ਹਾਂ ਹਰ ਵਾਰ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਨੇ ਸ਼੍ਰੀ ਸਤਨਾਮ ਸਿੰਘ ਮਾਨਿਕ ਜਿਹੜੇ ਸੀਨੀਅਰ ਪੱਤਰਕਾਰ ਨੇ ਤੇ ਰਜਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਨੇ ਉਹਨਾਂ ਨਾਲ ਅੱਜ ਦੀਆਂ ਖਬਰਾਂ ਦੇ ਉੱਪਰ ਅਸੀਂ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜੀ ਖਬਰ ਅਸੀਂ ਲੈਣ ਜਾ ਰਹੇ ਹਾਂ ਉਹ ਹੈਗੀ ਹੈ ਜੀਐਸਟੀ ਦੇ ਬਾਰੇ ਦੇ ਵਿੱਚ ਬੀਤੀ ਅੱਧੀ ਰਾਤ ਤੋਂ ਨਵੀਂ ਜਿਹੜੀ ਕਰ ਪ੍ਰਣਾਲੀ ਹੈ ਉਹ ਪੂਰੇ ਮੁਲਕ ਦੇ ਵਿੱਚ ਲਾਗੂ ਹੋ ਗਈ ਹੈ ਬੜੀ ਚਰਚਾ ਹੋਈ ਹੈ ਬੜੇ ਵਿਵਾਦ ਛੜੇ ਨੇ ਔਰ ਇਹਦਾ ਵਿਰੋਧ ਵੀ ਹੋ ਰਿਹਾ ਇਹਦਾ ਸਵਾਗਤ ਵੀ ਹੋ ਰਿਹਾ ਸੋ ਪਹਿਲੀ ਕਵਰ ਅਸੀਂ ਇਸੇ سلسلے ਦੇ ਵਿੱਚ ਮਾਣਕ ਹਰਾਂ ਤੋਂ ਉਹਨਾਂ ਦੇ ਵਿਚਾਰ ਅਸੀਂ ਜਾਣਾਂਗੇ ਮਾਹਰ ਕੀ ਕਹਿੰਦੇ ਨੇ ਆਮ ਲੋਕਾਂ ਦੇ ਕੀ ਅਸਰ ਹੈ ਵੱਖ-ਵੱਖ ਵਰਗ ਵਪਾਰੀ ਤਬਕਾ ਹੈਗਾ ਮਾਨਕ ਜੀ ਕਿਸ ਤਰ੍ਹਾਂ ਦੇਖਦੇ ਹੋ ਵਿਰੋਧ ਵੀ ਹੋ ਰਿਹਾ ਹੈ ਇਹਦਾ ਸਵਾਗਤ ਵੀ ਹੋ ਰਿਹਾ ਹੈ ਮਾਹਰ ਲੋਕ ਕਿਸ ਤਰ੍ਹਾਂ ਦੇਖਦੇ ਨੇ ਤੁਸੀਂ ਇੱਕ ਪੱਤਰਕਾਰ ਦੇ ਤੌਰ ਤੇ ਕੀ ਕਹਿਣਾ ਚਾਹੋਗੇ ਪ੍ਰੋਫੈਸਰ ਸਾਹਿਬ ਮੈਨੂੰ ਇਹ ਲੱਗਦਾ ਕਿ ਇਹ ਜੀਐਸਟੀ ਜਿਹੜੀ ਨਵੀਂ ਕਰ ਪ੍ਰਣਾਲੀ ਹੈ ਇਹ ਦੇਸ਼ ਦੇ ਅੰਦਰ ਜਿਹੜਾ ਕਰ ਦਾ ਜਿਹੜਾ ਪ੍ਰਬੰਧ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੈ ਬਹੁਤ ਕਿਸਮ ਦੇ ਜਿਹੜੇ ਰਾਜਾਂ 'ਚ ਕਰ ਲੱਗਦੇ ਸੀ ਬਹੁਤ ਕਿਸਮ ਦੇ ਜਿਹੜੇ ਕੇਂਦਰ ਦੀ ਪੱਧਰ ਤੇ ਕਰ ਲੱਗਦੇ ਸੀ ਇਸ ਤੋਂ ਇਲਾਵਾ ਮਿਊਨਿਸਪਲ ਕਾਰਪੋਰੇਸ਼ਨਾਂ ਦੀ ਪੱਧਰ ਤੇ ਟੈਕਸ ਲੱਗਦੇ ਸੀ ਹੁਣ ਇਹ ਸਾਰੇ ਜਿਹੜੇ ਟੈਕਸ ਆ ਉਹ ਜੀਐਸਟੀ ਦੇ ਵਿੱਚ ਸਮਾ ਗਏ ਆ ਤੇ ਜੀਐਸਟੀ ਜਿਹੜੇ ਦੇ ਆਧਾਰ ਤੇ ਹੁਣ ਜਿਹੜੇ ਇਹ ਟੈਕਸ ਲੱਗਣਗੇ ਜਿਹੜੇ ਔਰ ਇਸ ਤੋਂ ਇਲਾਵਾ ਰਾਜਾਂ ਨੂੰ ਵੀ ਕੁਝ ਅਧਿਕਾਰ ਦਿੱਤਾ ਗਿਆ ਜਿਹਦੇ ਵਿੱਚ ਜੀਐਸਟੀ ਜਿਹੜੇ ਕਾਰਿਆ ਉਹ ਰਾਜ ਸਰਕਾਰਾਂ ਵੀ ਲਾ ਸਕਦੀਆਂ ਉਹਦੇ ਬਾਰੇ ਜਿਹੜੀ ਜੀਐਸਟੀ ਕੌਂਸਲ ਬਣੀ ਹੈ ਉਹਦੇ ਵਿੱਚ ਸਾਰੀਆਂ ਚੀਜ਼ਾਂ ਸਪਸ਼ਟ ਰੂਪ ਵਿੱਚ ਤੈਅ ਕੀਤੀਆਂ ਗਈਆਂ ਕਿ ਕਿਹੜੇ ਚੀਜ਼ਾਂ ਵਸਤਾਂ ਤੇ ਜਾਂ ਸਵਾਮਾਂ ਤੇ ਰਾਜ ਸਰਕਾਰਾਂ ਕਰ ਲਾ ਸਕਦੀਆਂ ਕਿਹਦੇ ਕਿਹੜੇ ਕਿਹੜੇ ਉੱਪਰ ਦੂਜਾ ਕੇਂਦਰ ਸਰਕਾਰ ਲਾ ਸਕਦੀ ਹੈ ਪਰ ਕਰ ਦੋਰੇ ਨਹੀਂ ਹੋਣਗੇ ਇਸ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀਗਾ ਇਸ ਤੋਂ ਇਲਾਵਾ ਜਿਹੜਾ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਗਰੀਬ ਵਰ ਗਿਆ ਛੋਟੇ ਵਪਾਰੀ ਆ ਛੋਟੇ ਦੁਕਾਨਦਾਰ ਆ ਉਹਨਾਂ ਨੂੰ ਜਿਹੜਾ ਕਾਫੀ ਹੱਦ ਤੱਕ ਛੋਟ ਦਿੱਤੀ ਗਈ ਆ ਕਿ ਜਿਹੜਾ ਕੋਈ 75 ਲੱਖ ਤੱਕ ਦਾ ਕਾਰੋਬਾਰ ਕਰਦੇ ਆ ਉਹਨਾਂ ਨੂੰ ਕੁਝ ਛੋਟਾਂ ਦਿੱਤੀਆਂ ਗਈਆਂ ਆਪਣੇ ਵੱਲੋਂ ਜਿਹੜੀ GST ਕੌਂਸਲ ਆ ਉਹਨੇ 18 ਮੀਟਿੰਗਾਂ ਕਰਕੇ ਕਾਫੀ ਕੁਝ ਤੈਅ ਕਰਨ ਦੀ ਕੋਸ਼ਿਸ਼ ਕੀਤੀ ਆ ਕਾਫੀ ਕੁਝ ਸਪਸ਼ਟ ਕਰਨ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਅਜੇ ਵੀ ਹਕੀਕਤ ਇਹ ਆ ਕਿ ਜਿੰਨਾ ਵੱਡਾ ਹਦੇਸ਼ ਹੈ ਉਹਦੇ ਚ ਹੇਠਲੇ ਪੱਧਰ ਤੇ ਵਪਾਰੀਆਂ ਨੂੰ ਸੰਤਕਰਾਂ ਨੂੰ ਜਿਹੜਾ ਦੁਕਾਨਦਾਰਾਂ ਨੂੰ ਜਾਂ ਜਿਹੜੇ ਸਮਾਜ ਦੇ ਹੋਰ ਵਰਗ ਆ ਜਿਹੜੇ ਪ੍ਰਭਾਵਿਤ ਹੋਣੇ ਆ ਉਹਨਾਂ ਕੋਲ ਜਾਣਕਾਰੀ ਬਹੁਤ ਘੱਟ ਹੈ ਇਹ ਜਾਣਕਾਰੀ ਨਾ ਹੋਣ ਕਰਕੇ ਵੀ ਜਿਹੜਾ ਜਿਹੜਾ ਬਹੁਤ ਸਾਰੇ ਵਰਗ ਆ ਜਿਹੜੇ ਵਪਾਰੀ ਆ ਉਹ ਵਿਰੋਧ ਕਰ ਰਹੇ ਆ ਹੁਣ ਅਸਲੀ ਰੂਪ ਚ ਜਦੋਂ ਇਹ ਕਰਪਨਾਲੀ ਲਾਗੂ ਹੋ ਜਾਏਗੀ ਤੇ ਇਹਦੇ ਪ੍ਰਭਾਵ ਲੋਕਾਂ ਨੂੰ ਦੇਖਣ ਨੂੰ ਮਿਲਣਗੇ ਤੇ ਇਹਦੇ ਮੁਤਾਬਕ ਜਦੋਂ ਵਪਾਰੀਆਂ ਨੂੰ ਸੰਤਕਾਰਾਂ ਨੂੰ ਆਪਣੀਆਂ ਰਿਟਰਨਾਂ ਭਰਨੀਆਂ ਪੈਣਗੀਆਂ ਸਟਾਕ ਦੇ ਵੇਰਵੇ ਦੇਣੇ ਪੈਣਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਇਹ ਜਿਹੜੀ ਨਵੀਂ ਕਰਪਨਾਲੀ ਲਾਗੂ ਕੀਤੀ ਗਈ ਆ ਇਹਦੇ ਤਹਿਤ ਅਸੀਂ ਕਾਰੋਬਾਰ ਕਿਵੇਂ ਚਲਾਉਣੇ ਆ ਜਦੋਂ ਤੱਕ ਇਹ ਚੀਜ਼ਾਂ ਕਲੀਅਰ ਹੋਣਗੀਆਂ ਉਦੋਂ ਇਹਦੇ ਪ੍ਰਭਾਵਾਂ ਦਾ ਪਤਾ ਲੱਗੂਗਾ ਉਦੋਂ ਇਸ ਤੋਂ ਇਲਾਵਾ ਵੱਡੀ ਗੱਲ ਇਹ ਆ ਕਿ ਖਪਤਕਾਰਾਂ ਨੂੰ ਇਦੇ ਨਾਲ ਕਿੰਨਾ ਕੁ ਫਾਇਦਾ ਹੁੰਦਾ ਕਿੰਨਾ ਕੁ ਨੁਕਸਾਨ ਹੁੰਦਾ ਜਿਸ ਤਰ੍ਹਾਂ ਸਰਕਾਰ ਨੇ ਦਾਅਵੇ ਕੀਤੇ ਆ ਕਿ ਚੀਜ਼ਾਂ ਵਸਤਾਂ ਦੀਆਂ ਕੀਮਤਾਂ ਘਟਣਗੀਆਂ ਇਹਦੇ ਨਾਲ ਘਟਦੀਆਂ ਜਾਂ ਵਧਦੀਆਂ ਇਹ ਅਮਲੀ ਰੂਪ 'ਚ ਜਦੋਂ ਹੁਣ ਇਹ ਕਰ ਪ੍ਰਣਾਲੀ ਲਾਗੂ ਹੋ ਰਹੀ ਆ ਇਹਦੇ 2-3 ਮਹੀਨੇ 4 ਮਹੀਨੇ ਦੇ ਵਿੱਚ ਸਾਨੂੰ ਪਤਾ ਲੱਗੇਗਾ ਪਰ ਬਹੁਤ ਸਾਰੇ ਸ਼ੰਕੇ ਜਿਹੜੇ ਆ ਇਹ ਪ੍ਰਗਟ ਕੀਤੇ ਜਾ ਰਹੇ ਆ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਨੋਟਬੰਦੀ ਜਿਹੜੀ ਵੱਡੀ ਤਿਆਰੀ ਤੋਂ ਬਿਨਾਂ ਹੀ ਕਰ ਦਿੱਤੀ ਸੀ ਇਹਦੇ ਵਿੱਚ ਵੀ ਕੋਈ ਹੇਠਲੀ ਪੱਧਰ ਤੇ ਵੱਡੀ ਤਿਆਰੀ ਹੋਈ ਨਜ਼ਰ ਨਹੀਂ ਆਉਂਦੀ ਭਾਵੇਂ ਜੀਐਸਟੀ ਕੌਂਸਲ ਨੇ ਉੱਪਰਲੇ ਪੱਧਰ ਤੇ ਮੀਟਿੰਗਾਂ ਕਰਕੇ ਵੱਖ-ਵੱਖ ਰਾਜਾਂ ਦੇ ਵਿਚਕਾਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਸਹਿਮਤੀ ਬਣਾ ਵੀ ਲਈ ਹੈ ਪਰ ਹੇਠਲੀ ਪੱਧਰ ਤੇ ਜਿਨ੍ਹਾਂ ਲੋਕਾਂ ਨੇ ਇਹਦੇ ਮੁਤਾਬਕ ਕਾਰੋਬਾਰ ਕਰਨੇ ਆ ਉਹਨਾਂ ਕੋਲ ਇਹਦੇ ਬਾਰੇ ਬਹੁਤ ਘੱਟ ਜਾਣਕਾਰੀ ਹੈ ਇਹ ਜਾਣਕਾਰੀ ਨਾ ਹੋਣ ਕਰਕੇ ਵੀ ਜਿਹੜਾ ਵਿਰੋਧ ਤੇ ਸ਼ੰਕੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਇਹ ਕਹਿਣਾ ਮੇਰਾ ਇਹੀ ਬਣਦਾ ਕਿ 2 4 5 6 ਮਹੀਨੇ ਜਦੋਂ ਇਹ ਕਰ ਪ੍ਰਣਾਲੀ ਲਾਗੂ ਹੋ ਜਾਏਗੀ ਤੇ ਇਹਦੇ ਪ੍ਰਭਾਵ ਜਿਹੜੇ ਆ ਜਿਹੜੇ ਵੱਖ-ਵੱਖ ਵਰਗਾਂ ਤੇ ਉਹ ਦੇਖਣ ਨੂੰ ਮਿਲਣਗੇ ਉਹ ਤੋਂ ਬਾਅਦ ਕੋ ਪੱਕੀ رائے ਇਹਦੇ ਬਾਰੇ ਬਣਾਈ ਜਾ ਸਕਦੀ ਹੈ ਤੁਸੀਂ ਬਿਲਕੁਲ ਠੀਕ ਆ ਔਰ ਵੱਖ-ਵੱਖ ਪਾਰਟੀਆਂ ਵੱਖ-ਵੱਖ ਸਿਆਸੀ ਨੇਤਾਵਾਂ ਵੱਲੋਂ ਵੀ ਪ੍ਰतिकਰਮ ਦਿੱਤੇ ਗਏ ਨੇ ਔਰ ਜਿਨ੍ਹਾਂ ਨੇ ਇਹ ਸਾਰਾ بیٹھ ਕੇ ਸਮਾਂ ਲਗਾ ਕੇ ਤਿਆਰ ਕੀਤਾ ਸਾਡੇ ਵਿੱਤ ਮੰਤਰੀ ਅਰੁਣ ਜੇਥਲੀ ਉਹਨਾਂ ਦਾ ਅੱਜ ਵੱਖਰਾ ਅਖਬਾਰਾਂ ਦੇ ਵਿੱਚ ਬਿਆਨ ਲੱਗਾ ਹੋਇਆ ਕਹਿੰਦੇ ਸ਼ੁਰੂ ਚ ਦਿੱਕਤਾਂ ਹੋਣਗੀਆਂ ਬਾਦ ਦੇ ਵਿੱਚ ਕਹਿੰਦੇ ਜੀ ਸੁਧਾਰ ਹੋਣਗੇ ਦੂਜੇ ਪਾਸੇ ਸਾਡੇ ਕੋਲੇ ਜੀ ਰਾਹੁਲ ਗਾਂਧੀ ਨੇ ਮਮਤਾ ਬੇਨਰਜੀ ਨੇ ਉਹਨਾਂ ਨੇ ਬੜੇ ਤਿੱਖੇ ਬਿਆਨ ਕੀਤੇ ਨੇ ਇਹਦਾ ਵਿਰੋਧ ਕੀਤਾ ਕਹਿੰਦੇ ਪ੍ਰੇਮ ਸਾਬ ਜਦੋਂ ਨੋਟਬੰਦੀ ਕੀਤੀ ਗਈ ਸੀ ਉਹਦੇ ਵਿੱਚ ਵੀ ਅਰਨਜੀਤ ਲੀ ਤੇ ਸਾਡੇ ਪ੍ਰਧਾਨ ਮੰਤਰੀ ਹੋਰ ਜਿਹੜੇ ਸਰਕਾਰ ਦੇ ਅਹਿਮ ਮੰਤਰੀ ਸੀਗੇ ਜਾਂ ਅ ਅਫਸਰ ਸ਼ਾਸਗੇ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਨੋਟਬੰਦੀ ਦੇ ਹੁਣ ਤੁਹਾਨੂੰ ਮੁਸ਼ਕਲਾਂ ਆਣਗੀਆਂ ਨੋਟਬੰਦੀ ਨਾਲ ਪਰ ਇਹਦੇ ਵਿੱਚ ਬਾਅਦ ਵਿੱਚ ਇਹਦੇ ਲਾਭ ਜਿਹੜੇ ਆ ਸਾਹਮਣੇ ਆਣਗੇ ਦੇਸ਼ ਨੂੰ ਬੜੇ ਫਾਇਦੇ ਹੋਣਗੇ ਲੋਕਾਂ ਨੂੰ ਬੜੇ ਫਾਇਦੇ ਹੋਣਗੇ ਅੱਜ ਤੱਕ ਕੇਂਦਰ ਸਰਕਾਰ ਇਹ ਨਹੀਂ ਦੱਸ ਸਕੀ ਕਿ ਨੋਟਬੰਦੀ ਦੇ ਦੇਸ਼ ਨੂੰ ਕੀ ਫਾਇਦੇ ਹੋਏ ਕਿੰਨਾ ਕਾਲਾ ਤਨ ਬਾਹਰ ਆ ਤੇ ਇਹਦੀ ਲੋਕਾਂ ਨੂੰ ਕੀ ਰਾਤ ਮਿਲੀ ਸੋ ਜੇ ਤਾਂ ਉਸੇ ਹੀ ਤਰ੍ਹਾਂ ਦਾ ਸਿਲਸਿਲਾ ਰਿਹਾ ਫੇਰ ਤਾਂ ਇਹ ਲੋਕਾਂ ਨੂੰ ਬਹੁਤ ਸਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਤੇ ਜੇ ਇਹ ਕਰ ਲਾਗੂ ਕਰਨ ਨਾਲ ਚੀਜ਼ਾਂ ਵਸਤਾਂ ਜਿਹੜੀਆਂ ਸਸਤੀਆਂ ਹੋਣੀਆਂ ਵਪਾਰੀ ਤੇ ਸਨਤਕਾਰਾਂ ਨੂੰ ਕਾਰੋਬਾਰ ਚਲਾਉਣੇ ਸੌਖੇ ਹੁੰਦੇ ਆ ਤੇ ਜਿਹੜੇ ਪੂੰਜੀ ਨਿਵੇਸ਼ਕਾਰ ਆ ਚਾਹੇ ਉਹ ਵਿਦੇਸ਼ੀ ਹੋਣ ਜਾਂ ਇੱਥੇ ਦੇ ਆ ਉਹਨਾਂ ਨੂੰ ਪੂੰਜੀ ਨਿਵੇਸ਼ ਕਰਨ 'ਚ ਸੌਖ ਹੁੰਦੀ ਆ ਜਿਦਾਂ ਪ੍ਰਧਾਨ ਮੰਤਰੀ ਹੋਰਾਂ ਨੇ ਕਿਹਾ ਕਿ ਇਹ ਗੁੱਡ ਤੇ ਜਿਹੜਾ ਸਿੰਪਲ ਟੈਕਸ ਪ੍ਰਣਾਲੀ ਆ ਤੇ ਜੇ ਇਹ ਸਬਤ ਹੁੰਦੀ ਹੈ ਗੁੱਡ ਤੇ ਸਿੰਪਲ ਟੈਕਸ ਪ੍ਰਣਾਲੀ ਤੇ ਇਹਦੇ ਨਾਲ ਕਾਰੋਬਾਰ ਚਲਾਉਣੇ ਸੌਖੇ ਹੁੰਦੇ ਆ ਤੇ ਖਪਤਕਾਰਾਂ ਨੂੰ ਰਾਹਤ ਮਿਲਦੀ ਹੈ ਤੇ ਫੇਰ ਤਾਂ ਕੋਈ ਫਾਇਦਾ ਹੋਊਗਾ ਇਹਦਾ ਸਰਕਾਰ ਨੂੰ ਕ੍ਰੈਡਿਟ ਵੀ ਜਾਊਗਾ ਤੇ ਜੇ ਇਹ ਚੀਜ਼ਾਂ ਹਾਸਲ ਨਹੀਂ ਹੁੰਦੀਆਂ ਤੇ ਫੇਰ ਇਹਦੇ ਨਾਲ ਲੋਕਾਂ ਚ ਬੇਚੈਨੀ ਵਧੇਗੀ ਤਾਂ ਜੇ ਪੰਜਾਬ ਦੇ ਪ੍ਰਸੰਗ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਕੁਝ ਨੇਤਾਵਾਂ ਦੇ ਬਿਆਨ ਵੀ ਲੱਗੇ ਹੋਏ ਨੇ ਔਰ ਕੁਝ ਨੇ ਕਿਹਾ ਜੀ ਕਰਜ਼ਾਈ ਪੰਜਾਬ ਜਿਹੜਾ ਉਹਦੇ مالیਏ ਦੇ ਵਿੱਚ ਇਹਦੇ ਨਾਲ ਵਾਧਾ ਹੋਏਗਾ ਦੀ ਸੰਭਵ ਹੈ ਸਾਡੇ ਜਿਹੜੇ ਵਿੱਤ ਮੰਤਰੀ ਪੰਜਾਬ ਦੇ ਮਨਪ੍ਰੀਤ ਸਿੰਘ ਬਾਦਲ ਜੀ ਜਿਹੜਾ ਉਹਨਾਂ ਬਜਟ ਵੀ ਪੇਸ਼ ਕੀਤਾ ਉਹਦੇ ਵਿੱਚ ਵੀ ਵੱਡੀ ਟੇਕ ਉਹਨਾਂ ਨੇ ਜੀਐਸਟੀ ਤੇ ਰੱਖੀ ਹੈ ਕਿ ਜੀਐਸਟੀ ਨਾਲ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਮਾਲੀਆ ਮਿਲੂਗਾ ਉਹਨਾਂ ਦੀ ਦਲੀਲ ਇਹ ਹੈ ਕਿ ਪੰਜਾਬ ਵੱਡਾ ਖਪਤਕਾਰ ਹੈ ਸਾਡੇ ਲੋਕ ਇੱਥੇ ਚੀਜ਼ਾਂ ਵਸਤਾਂ ਦੀ ਜ਼ਿਆਦਾ ਖਰੀਦ ਕਰਦੇ ਆ ਚੀਜ਼ਾਂ ਵਸਤਾਂ ਜ਼ਿਆਦਾ ਵਰਤਦੇ ਆ ਉਹਦੇ ਦੇ ਜਿੰਨੀ ਇੱਥੇ ਖਪਤ ਹੋਊਗੀ ਉਹਦੇ ਮੁਤਾਬਕ ਜਿਹੜਾ GST ਟੈਕਸ ਹੈ ਉਹ ਉਹ ਜ਼ਿਆਦਾ ਉਗਰਾਇਆ ਜਾਏਗਾ ਤੇ ਜ਼ਿਆਦਾ ਉਗਰਾਇਆ ਜਾਏਗਾ ਤੇ ਉਹਦੇ ਵਿੱਚੋਂ ਜਿਹੜਾ ਸਟੇਟ ਨੂੰ ਜ਼ਿਆਦਾ ਹਿੱਸਾ ਮਿਲੇਗਾ ਇਸ ਤਰ੍ਹਾਂ ਦੀ ਸੋਚ ਹੈ ਬਾਕੀ ਅਮਲੀ ਰੂਪ ਵਿੱਚ ਕੀ ਹੁੰਦਾ ਉਹ ਤਾਂ ਆਉਣ ਵਾਲੇ ਦਿਨਾਂ ਚ ਹੀ ਪਤਾ ਲੱਗੂ ਜੀ ਤਾਂ ਸਿੱਧੇ ਤੌਰ ਤੇ ਪੰਜਾਬ ਦੀਆਂ ਕੁਝ ਖਬਰਾਂ ਲੈਣੇ ਜੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਵਿਆਪਕ ਸਦਾਰਾ ਦਾ ਐਲਾਨ ਕੀਤਾ ਔਰ ਇਹਦੇ ਤਹਿਤ ਤਿੰਨ ਜ਼ੋਨ ਖਤਮ ਕਰਕੇ ਸੱਤ ਪੁਲਿਸ ਰੇਂਜਾਂ ਬਣਾਈਆਂ ਕਹਿੰਦੇ ਜੀ ਜਾਣਗੀਆਂ ਕਿਸ ਤਰ੍ਹਾਂ ਦੇਖਦੇ ਹਾਂ ਇਸ ਫੈਸਲੇ ਪ੍ਰੋਫੈਸਰ ਸਾਹਿਬ ਜੇਕਰ ਤਿੰਨ ਜ਼ੋਨਾਂ ਦੀ ਥਾਂ ਤੇ ਸੱਤ ਪੁਲਿਸ ਰੇਂਜਾਂ ਬਣਾਈਆਂ ਜਾਂਦੀਆਂ ਇਹਦੇ ਨਾਲ ਲੋਕਾਂ ਦੇ ਪੁਲਿਸ ਜ਼ਿਆਦਾ ਨੇੜੇ ਜਾਏਗੀ ਤੇ ਜਿਹੜੇ ਪੰਜਾਬ ਦੇ ਅੰਦਰ ਜਿਹੜਾ ਪੁਲਿਸ ਸਵਮਾਂ ਲੋਕਾਂ ਨੂੰ ਦੇਣੀ ਆ ਔਰ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਲੋਕਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਲਈ ਜਿਹੜਾ ਪੁਲਿਸ ਦਾ ਜਿਹੜਾ ਖੇਰਾ ਜਿਹੜਾ ਉਹ ਥੋੜਾ ਵਿਸ਼ਾਲ ਹੋ ਜਾਏਗਾ ਜਵਾਬਦੇਹੀ ਜਿਹੜੀ ਹੈ ਜ਼ਿਆਦਾ ਅਫਸਰਾਂ ਦੀ ਹੋ ਜਾਏਗੀ ਜਿਹੜੀ ਹੁਣ ਤਿੰਨ ਜਿਹੜੇ ਮੁੱਖ ਸੀਨੀਅਰ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਆ ਉਹਦੇ ਚ ਸੱਤ ਜਿਹੜੇ ਸੀਨੀਅਰ ਅਧਿਕਾਰੀ ਪੁਲਿਸ ਦੇ ਲੱਗਣਗੇ ਤੇ ਆਪੋ ਆਪਣੇ ਇਲਾਕੇ ਦਾ ਉਹ ਖਿਆਲ ਰੱਖ ਸਕਦੇ ਆ ਤੇ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਵਿੱਚ ਇੱਕ ਬੜੀ ਵੱਡੀ ਸਮੱਸਿਆ ਹੈ ਵਿਦੇਸ਼ੀ ਸ਼ਕਤੀਆਂ ਜਿਹੜੀਆਂ ਇੱਥੇ ਕੋਈ ਨਾ ਕੋਈ ਗਰਬੜ ਕਰਵਾਉਂਦੀਆਂ ਰਹਿੰਦੀਆਂ ਤੇ ਜਿਹੜਾ ਇੱਥੇ ਬੇਰੋਜਗਾਰੀ ਹੋਣ ਕਰਕੇ ਨਸ਼ਿਆਂ ਦੀ ਵਿਕਰੀ ਵਧਣ ਕਰਕੇ ਬਹੁਤ ਸਾਰੇ ਅਪਰਾਧ ਵੀ ਬੜੇ ਵੱਧ ਗਏ ਆ ਉਹਨਾਂ ਨੂੰ ਵੀ ਕੰਟਰੋਲ ਕਰਨ ਦਾ ਮਸਲਾ ਹੈਗਾ ਸੋ ਇਹ ਇੱਕ ਬਿਹਤਰ ਪੁਲਿਸ ਵਾਂਗ ਦੇਣ ਲਈ ਮੈਨੂੰ ਲੱਗਦਾ ਕਿ ਇਹ ਵਿਧੀ ਜਿਹੜੀ ਹੈ ਉਹ ਸਫਲ ਹੋ ਸਕਦੀ ਹੈ ਬਾਕੀ ਉਹਨਾਂ ਨੇ ਵੀ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਕਿ ਜ਼ਿਲ੍ਹਾ ਪੱਧਰ ਤੇ ਜਿਹੜੇ ਜਿਹੜੇ ਸੀਨੀਅਰ ਜਿਹੜੇ ਪੁਲਿਸ ਅਧਿਕਾਰੀ ਹੈ 1 ਸਾਲ ਤੋਂ ਪਹਿਲਾਂ ਉਹਨਾਂ ਦੀ ਬਦਲੀ ਨਹੀਂ ਹੋਏਗੀ ਜੇ ਇਹ ਚੀਜ਼ਾਂ ਇਸੇ ਤਰ੍ਹਾਂ ਲਾਗੂ ਹੋਣੀਆਂ ਤੇ ਇਹ ਦੇ ਨਾਲ ਪੰਜਾਬ ਨੂੰ ਕੁਝ ਫਾਇਦਾ ਹੋ ਸਕਦਾ ਜਿਹੜੀ ਪੁਲਿਸ ਅਧਿਕਾਰੀਆਂ ਦੀ ਪੁਲਿਸ ਦੇ ਮੁਲਾਜ਼ਮ ਹੈ ਉਹਨਾਂ ਦੀ ਜ਼ਿਆਦਾ ਜਵਾਬਦੇਹੀ ਹੋ ਸਕਦੀ ਹੈ ਜੀ ਤਾਂ ਬੜੀ ਦੁਖਦਾਈ ਖਬਰ ਹੈ ਜੀ ਜਿਹੜੀ ਕਿ ਅਕਸਰ ਮੁਖ ਪੰਨੇ ਦੇ ਉੱਪਰ ਜਾਈ ਖਬਰ ਸਾਨੂੰ ਪੜਨ ਨੂੰ ਮਿਲਦੀ ਰਹਿੰਦੀ ਹੈ ਤਿੰਨ ਕਿਸਾਨਾਂ ਵੱਲੋਂ ਫਿਰ ਖੁਦਕੁਸ਼ੀ ਦੀ ਖਬਰ ਆਈ ਹੈ ਕਿ ਦੋ ਨੇ ਕਹਿੰਦੇ ਸੀ ਜ਼ਹਿਰ ਨਿਗਲ ਲਿਆ ਔਰ ਇੱਕ ਕਿਸਾਨ ਨੇ ਬਿਜਲੀ ਦੀਆਂ ਤਾਰਾਂ ਨੂੰ ਆਪਣੇ ਆਪ ਜਾ ਕੇ ਫੜ ਲਿਆ ਔਰ ਹੋਰ ਦੁਖਦਾਈ ਖਬਰ ਹੈ ਕਿ ਇਹ ਉਹ ਕਿਸਾਨ ਹੈਗਾ ਜਿਹੜਾ ਕਿਸਾਨ ਆਗੂ ਦੇ ਤੌਰ ਤੇ ਕਿਸਾਨ ਹਿੱਤਾਂ ਲਈ ਸਾਰੀ ਉਮਰ ਜੂਝਦਾ ਰਹਾਂ ਕਿਉਂ ਆndi ਹੈ ਐ ਸਥਿਤੀ ਪ੍ਰਧਾਨ ਸਾਹਿਬ ਅਸੀਂ ਬਹੁਤ ਵਾਰ ਚਰਚਾ ਕਰ ਚੁੱਕੇ ਹਾਂ ਕਿ ਖੇਤੀ ਜਿਹੜੀ ਹੈ ਇਸ ਵੇਲੇ ਬਹੁਤ ਵੱਡੇ ਸੰਕਟ 'ਚ ਹੈ ਉਹ ਕਿਸਾਨ ਜਿਹੜੇ ਵੱਡੀ ਪੱਧਰ ਤੇ ਕਰਜ਼ੇ ਦਾ ਸ਼ਿਕਾਰ ਹੋ ਚੁੱਕੇ ਆ ਔਰ ਕੋਈ ਵੀ ਸਰਕਾਰ ਜਿਹੜੀ ਹੈ ਉਹ ਇਹਦੀ ਇਹਨਾਂ ਦੀ ਬਾਹ ਫੜਨ ਲਈ ਤਿਆਰ ਨਹੀਂ ਹੈਗੀ ਮਸਲਾ ਇਹ ਆ ਕਿ ਰਾਜ ਸਰਕਾਰਾਂ ਜਿਹੜੀਆਂ ਉਹਨਾਂ ਦੇ ਕੋਲ ਇੰਨੇ ਸਾਧਨ ਨਹੀਂ ਹੈਗੇ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਸਕਣ ਤੇ ਜਿਹੜੇ ਕੇਂਦਰ ਸਰਕਾਰ ਆ ਉਹ ਇਹਦੇ ਤੇ ਉਦਾਸ ਸੀਨ ਹੈ ਉਹਦੇ ਤੇ ਜੇ ਸਮਾਂ ਜੇ ਰਾਜ ਸਰਕਾਰਾਂ ਆਪਣੇ ਪੱਧਰ ਤੋਂ ਕੁਝ ਕਰਜ਼ਾ ਮਾਫ ਕਰਨ ਦਾ ਜਾਂ ਕਿਸਾਨਾਂ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕਰਦੀਆਂ ਤੇ ਕੇਂਦਰ ਦੇ ਜਿਹੜੇ ਮੰਤਰੀ ਆ ਉਹ ਵੀ ਕਹਿੰਦੇ ਆ ਕਿ ਜੇ ਰਾਜ ਸਰਕਾਰਾਂ ਨੇ ਕਰਨਾ ਆਪਣੇ ਤੌਰ ਤੇ ਕਰਨਾ ਅਸੀਂ ਤਾਂ ਕੋਈ ਮਦਦ ਕਰ ਨਹੀਂ ਸਕਦੇ ਔਰ ਇਹ ਬੜੀ ਦੁਖਦਾਈ ਗੱਲ ਹੈ ਕਿ ਸੰਤਕਾਰ ਆ ਜਿਹੜੇ ਵੱਡੇ ਉਹਨਾਂ ਦੇ ਤਾਂ 6 ਲੱਖ ਕਰੋੜ ਤੱਕ ਦੇ ਕਰਜ਼ੇ ਜਿਹੜੇ ਮਾਫ ਕਰਨ ਦੀ ਗੱਲ ਚੱਲ ਚੱਲ ਰਹੀ ਹੈ ਤੇ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਹ ਜਿਹੜਾ ਇਸ ਸਾਰੇ ਜਿਹੜੇ ਕਰਜ਼ੇ ਸੰਤਕਰਾਂ ਦੇ ਮਾਫ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਉਹਦਾ 2% ਦੀ ਵੀ ਨਹੀਂ ਬਣਦੇ ਤੇ ਦੇਸ਼ ਦੇ ਕਿਸਾਨਾਂ ਨਾਲ ਹੋਰ ਵਤੀਰਾ ਅਪਣਾਇਆ ਜਾ ਰਿਹਾ ਤੇ ਜਿਹੜੇ ਸੰਤਕਰਾਂ ਆ ਉਹਨਾਂ ਪ੍ਰਤੀ ਹੋਰ ਸਰਕਾਰ ਦਾ ਵਤੀਰਾ ਹੈਗਾ ਇਹ ਇਹ ਇੱਕ ਦੋਗਲੀ ਜਿਹੀ ਗੱਲ ਹੈ ਤੇ ਇਹ ਬੜੀ ਦੁਖਦਾਈ ਹੈ ਜੇਕਰ ਇਸ ਵੇਲੇ ਕਿਸਾਨਾਂ ਦੀ ਬਾਹ ਨਹੀਂ ਫੜੀ ਜਾਂਦੀ ਕਿਸਾਨ ਏਸੀ ਤਰ੍ਹਾਂ ਖੁਦਕਿਛੀਆਂ ਕਰਦੇ ਆ ਤਾਂ ਦੇਸ਼ ਦੀ ਅਨਾਜ ਸੁਰੱਖਿਆ ਜਿਹੜੀ ਪਿਛਲੇ ਕਈ ਦਹਾਕਿਆਂ ਤੋਂ ਕਿਸਾਨਾਂ ਨੇ ਮਿਹਨਤ ਕਰਕੇ ਦੇਸ਼ ਨੂੰ ਅਨਾਜ ਸੁਰੱਖਿਆ ਮਹੱਇਆ ਕੀਤੀ ਆ ਉਹਦੇ ਚ ਕਮੀ ਆਏਗੀ ਲੋਕਾਂ ਦੇ ਵਿੱਚ ਜਿਹੜੀਆਂ ਜੁਰਖਾਨ ਬਿੰਦੀਆਂ ਚੀਜ਼ਾਂ ਵਸਤਾਂ ਦੀ ਕਮੀ ਆਏਗੀ ਮਹਿੰਗਾਈ ਵਧੇਗੀ ਇਸ ਤੋਂ ਇਲਾਵਾ ਜੇ ਏਸੀ ਤਰ੍ਹਾਂ ਕਿਸਾਨਾਂ ਚ ਬੇਚੈਨੀ ਰਹਿੰਦੀ ਆ ਤੇ ਇਹ ਸਮੱਸਿਆ ਜਿਹੜੀ ਆ ਅਮਨ ਕਾਨੂੰਨ ਦਾ ਮਸਲਾ ਵੀ ਬਣ ਸਕਦੀ ਹੈ ਕਈ ਰਾਜਾਂ 'ਚ ਬਣ ਚੁੱਕੀ ਆ ਮਹਾਰਾਸ਼ਟਰ 'ਚ ਕਿਸਾਨਾਂ ਨੇ ਬੜੇ ਤਿੱਖੇ ਅੰਦੋਲਨ ਕੀਤੇ ਆ ਮਧ ਪ੍ਰਦੇਸ਼ 'ਚ ਕਿਸਾਨਾਂ ਨੇ ਅੰਦੋਲਨ ਕੀਤੇ ਆ ਦੇ ਆਰ ਤਮਿਲਨਾਡੂ ਦੇ ਕਿਸਾਨਾਂ ਨੇ ਦਿੱਲੀ ਆ ਕੇ ਕਈ ਦਿਨ ਬੜਾ ਸਖਤ ਆਪਣਾ ਰੋਸ ਪ੍ਰਗਟ ਕੀਤਾ ਕਿਸਾਨਾਂ ਦੇ ਵਿੱਚ ਬਹੁਤ ਬੇਚੈਨੀ ਹੈ ਜੇ ਇਹ ਕੇਂਦਰ ਦੀ ਸਰਕਾਰ ਨੂੰ ਆਪ ਪਹਿਲ ਕਦਮੀ ਕਰਕੇ ਕਿਸਾਨ ਨਮਾਇੰਦਿਆਂ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਖੇਤੀ ਕਿਉਂ ਕਟੇਬੰਦੀ ਬੰਦੀ ਜਾ ਰਹੀ ਹੈ ਇਹਨੂੰ ਲਾਹੇ ਲਾਹੇਬੰਦੀ ਕਿੱਦਾਂ ਬਣਾਣਾ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਵਾਜਿਬ ਭਾਅ ਕਿੱਦਾਂ ਦੇਣੇ ਆ ਕਰਜ਼ੇ ਤੋਂ ਉਹਨਾਂ ਨੂੰ ਰਾਹਤ ਕਿੱਦਾਂ ਦੇਣੀ ਆ ਇਹ ਜਿਹੜੀ ਹੈ ਚੀਜ਼ਾਂ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਹੈ ਬਾਕੀ ਜੇ ਇਹ ਸੰਕਟ ਹੱਲ ਨਹੀਂ ਹੁੰਦਾ ਤੇ ਬਾਕੀ ਜਿਹੜੇ ਮੋਦੀ ਸਰਕਾਰ ਦੇ ਵਿਕਾਸ ਦੇ ਦਾਅਵੇ ਆ ਜਾਂ ਜੀਐਸਟੀ ਲਾਗੂ ਕਰਨ ਦੀਆਂ ਗੱਲਾਂ ਇਹ ਸਾਰੀਆਂ ਰੁਲ ਕੇ ਰਹਿ ਜਾਣਗੀਆਂ ਜੇ ਕਿਸਾਨ ਜਿਹੜੇ ਆ ਔਰ ਇਸੇ ਤਰ੍ਹਾਂ ਬੇਚੈਨਰ ਹੈ ਤੇ ਉਹ ਅੰਦੋਲਨ ਕਰਨ ਲਈ ਸੜਕਾਂ ਤੇ ਆ ਗਏ ਦੇ ਸਰਕਾਰ ਦੇ ਵਿਕਾਸ ਦੇ ਏਜੰਡੇ ਸਾਰੇ ਤਰੇ ਤਰੇ ਰਹਿ ਜਾਨੇ ਆ ਦੇਸ਼ ਦੇ ਅੰਦਰ ਵੱਡੀ ਪੱਧਰ ਤੇ ਅਮਨ ਕਾਨੂੰਨ ਦੀ ਸਮੱਸਿਆ ਖੜੀ ਹੋ ਜਾਣੀ ਹੈ ਇਹਦੇ ਵੱਲ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤੁਸੀਂ ਬਿਲਕੁਲ ਠੀਕ ਆ ਔਰ ਇੱਕ ਪਾਸੇ ਕਿਸਾਨਾਂ ਦੀ ਹੈ ਹਾਲਤ ਹੈ ਦੂਜੇ ਪਾਸੇ ਇੱਕ ਹੋਰ ਖਬਰ ਜਿਹੜੀ ਕਿ ਮਾੜੀ ਅਸੀਂ ਕਹਿ ਸਕਦੇ ਹਾਂ ਕਿਸਾਨਾਂ ਦੀ ਬਾਹ ਫੜਨ ਵਾਲਾ ਖੇਤੀ ਵਿਕਾਸ ਬੈਂਕ ਉਹਦਾ ਵੀ ਕਹਿੰਦੇ ਜੀ ਲੱਕ ਟੁੱਟ ਗਿਆ ਹੈਗਾ ਨਾਜ਼ਿਕ ਸਥਿਤੀ ਦੇ ਵਿੱਚ ਪਹੁੰਚ ਗਿਆ ਉਹਦੇ ਕੁਝ ਇੱਕ ਕਾਰਨ ਨੇ ਇੱਕ ਤਾਂ ਨੋਟਬੰਦੀ ਕਰ ਹੋ ਜਾਇਆ ਦੂਸਰਾ ਕਾਰਨ ਹੈਗਾ ਕਰਜ਼ਾ ਮਾਫੀ ਦਾ ਤੇ ਤੀਸਰਾ ਕਾਰਨ ਇਹ ਹੈ ਕਿ ਸਰਕਾਰ ਨੇ ਕੋਈ ਇਸ ਉਸ ਨੂੰ ਗਰੰਟੀ ਨਹੀਂ ਦਿੱਤੀ ਹੈਗੀ ਕਿਸ ਤਰ੍ਹਾਂ ਦੇਖਦੇ ਹੋ ਖੇਤੀ ਵਿਕਾਸ ਬੈਂਕ ਉਹਦਾ ਲੱਕ ਟੁੱਟ ਗਿਆ ਉਹਦੀ ਸਥਿਤੀ ਨਾਜ਼ੁਕ ਹੋ ਗਈ ਪ੍ਰੈਸ ਸਾਹਿਬ ਗੱਲ ਇਹ ਹੋਈ ਆ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲੇ ਵਾਅਦੇ ਕੀਤੇ ਹੋਏ ਆ ਕਿਸਾਨਾਂ ਨਾਲ ਕਿ ਤੁਹਾਡਾ ਅਸੀਂ ਕਰਜ਼ਾ ਮਾਫ ਕਰ ਦੇਣਾ ਔਰ ਜਦੋਂ ਵਿਧਾਨ ਸਭਾ ਦੀ ਚੋਣ ਲੜੀ ਸੀ ਉਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਹਿਤਾ ਸੀ ਕਿ ਤੁਹਾਡਾ ਸਾਰਾ ਹੀ ਕਿਸਾਨਾਂ ਦਾ ਕਰਜ਼ਾ ਜਿਹੜਾ ਅਸੀਂ ਮਾਫ ਕਰ ਦੇਾਂਗੇ ਪਰ ਹੁਣ ਉਹ ਗੱਲ ਇਹ ਤੁਰੀ ਆ ਕਿ ਸਿਰਫ ਫਸਲੀ ਕਰਜ਼ਾ ਜਿਹੜਾ ਕਿਸਾਨਾਂ ਦਾ ਉਹੀ ਅਸੀਂ ਮਾਫ ਕਰਨਾ ਤੇ ਉਹਦੇ ਚ ਉਹ ਘੱਟ ਬਣਦਾ ਤੇ ਸਮੁੱਚੇ ਤੌਰ ਤੇ ਕਿਸਾਨ ਜਿਹੜੇ ਆ ਜਿਆਦਾ ਕਰਜ਼ਾਈ ਆ ਕਿਸਾਨਾਂ ਨੇ ਫਸਲੀ ਕਰਜ਼ੇ ਵੀ ਲਏ ਹੋਏ ਆ ਔਰ ਜਿਹੜੇ ਲੰਮੇ ਸਮੇਂ ਦੇ ਜਿਹੜੇ ਵਪਾਰਕ ਕਰਜ਼ੇ ਆ ਜੀ ਜਾਂ ਬਸਤਾ ਲੈਣ ਲਈ ਮਸ਼ੀਨਰੀ ਖਰੀਦਣ ਲਈ ਉਹ ਵੀ ਲਏ ਹੋਏ ਆ ਦੋ ਤਰ੍ਹਾਂ ਦੇ ਕਰਜ਼ੇ ਆ ਤੇ ਇੱਕ ਤੀਜੀ ਕਿਸਮ ਦਾ ਕਰਜ਼ਾ ਹੋਰ ਆ ਜਿਹੜਾ ਆਰਥੀਆਂ ਤੋਂ ਕਿਸਾਨਾਂ ਨੇ ਲਿਆ ਹੁਣ ਜੇ ਜਿਹੜੀ ਅੱਜ ਕਿਸਾਨਾਂ ਦੀ ਖੁਦਕੁਸ਼ੀ ਦੀ ਖਬਰ ਆਈ ਹੈ ਉਹਦੇ ਚ ਕੋਈ ਵੀ ਖਬਰ ਚ ਲਿਖਿਆ ਕੋਈ ਕਿਸਾਨ 10 ਲੱਖ ਦਾ ਕਰਜ਼ਾਈ ਹੈ ਕੋਈ ਕਿਸਾਨ 5 ਲੱਖ ਦਾ ਕਰਜ਼ਾਈ ਹੈ ਕੋਈ 4 ਲੱਖ ਦਾ ਕਰਜ਼ਾਈ ਹੈ ਕਿਸਾਨਾਂ ਸਰ ਇੰਨਾ ਜ਼ਿਆਦਾ ਕਰਜ਼ਾ ਹੈਗਾ ਤੇ ਕੈਪਟਨ ਸਰਕਾਰ ਇਹ ਕਹਿ ਰਹੀ ਹੈ ਕਿ ਕਿਸਾਨ ਜਿਹੜੇ 5 ਏਕੜ ਤੋਂ ਘੱਟ ਜ਼ਮੀਨ ਵਾਲੇ ਮਾਲਕ ਆ ਉਹਨਾਂ ਨੂੰ 2 ਲੱਖ ਦਾ ਅਸੀਂ ਰਾਹਤ ਦੇਣੀ ਹੈ ਤੇ ਜੇ ਕਿਸੇ ਦਾ ਕਰਜ਼ਾ 2 ਲੱਖ ਤੋਂ ਵੱਧ ਹੋਊਗਾ ਉਹਨੂੰ ਕੋਈ ਰਾਹਤ ਨਹੀਂ ਦੇਣੀ ਅਜੇ ਤੱਕ ਇਹ ਭੰਬਲ ਪੂਸਾ ਹੀ ਪਿਆ ਹੈ ਕਿ ਕਿੰਨੀ ਕੁ ਰਾਹਤ ਜਿਹੜੀ ਆ ਕਿਸਾਨਾਂ ਨੂੰ ਕੈਪਟਨ ਸਰਕਾਰ ਨੇ ਦੇਣੀ ਆ ਤੇ ਉਹ ਦੂਜੇ ਪਾਸੇ ਇਹਦਾ ਅਸਰ ਇਹ ਹੋਇਆ ਤੇ ਕਿਸਾਨਾਂ ਨੇ ਜਿਹੜਾ ਬੈਂਕਾਂ ਦੇ ਕਰਜ਼ੇ ਦੇਣੇ ਬੰਦ ਕਰਤੇ ਇਹ ਜਿਹੜਾ ਪੰਜਾਬ ਖੇਤੀ ਵਿਕਾਸ ਬੈਂਕ ਆ ਇਹ ਨਬਾਰਡ ਜਿਹੜੀ ਕੇਂਦਰੀ ਏਜੰਸੀ ਆ ਉਹਦੇ ਕੋਲੋਂ ਪੈਸੇ ਲੈ ਕੇ ਅੱਗੇ ਕਿਸਾਨਾਂ ਨੂੰ ਕਰਜ਼ਾ ਦਿੰਦਾ ਉਹਦਾ ਇਹ ਜਿਆਦਾ ਇਹ ਬੈਂਕ ਜਿਹੜਾ ਫਸਲੀ ਕਰਜ਼ੇ ਦਿੰਦਾ ਤੇ ਹੁਣ ਜਦੋਂ ਇਹਦੇ ਕੋਲ ਪੈਸੇ ਆ ਨਹੀਂ ਰਹੇ ਕਿਸਾਨ ਜਮਾ ਨਹੀਂ ਕਰਾ ਰਹਾ ਤੇ ਅੱਗੇ ਨਵੇਂ ਕਰਜ਼ੇ ਨਹੀਂ ਦੇ ਸਕਦਾ ਦੂਜੇ ਪਾਸੇ ਇਹਨੇ ਨਬਾਰਡ ਤੋਂ ਕਰਜ਼ਾ ਨਵਾਂ ਲੈਣ ਲਈ ਵੀ ਜਿਹੜਾ ਉਹ ਨਬਾਰਡ ਨੂੰ ਲਿਖਿਆ ਸੀਗਾ ਉਹਦੇ ਤੱਕ ਪਹੁੰਚ ਕੀਤੀ ਸੀ ਉਹਦੇ ਲਈ ਲੋੜ ਹੁੰਦੀ ਆ ਕਿ ਪੰਜਾਬ ਸਰਕਾਰ ਆਪਣੀ ਗਾਰੰਟੀ ਦੇਵੇ ਕਿ ਜੇ ਬੈਂਕ ਕਰਜ਼ਾ ਦੇਣ 'ਚ ਫੇਲ ਹੁੰਦਾ ਤੇ ਜਿਹੜਾ ਪੰਜਾਬ ਸਰਕਾਰ ਇਹ ਕਰਜ਼ਾ ਚੁਕਾਏਗੀ ਦੀ ਗਾਰੰਟੀ ਦਿੰਦੀ ਹੈ ਇਹਦੇ ਚ ਪੰਜਾਬ ਸਰਕਾਰ ਹੁਣ ਜਿੰਨਾ ਨਿਵਾੜ ਤੋਂ ਕਰਜ਼ਾ ਲੈਣਾ ਵਿਕਾਸ ਬੈਂਕ ਨੇ ਉਹ ਕਰਜ਼ੇ ਦੀ ਗਾਰੰਟੀ ਲੈਣ ਲਈ ਤਾਂ ਤਿਆਰ ਹੈ ਫਿਰ ਵਿਆਜ ਦੀ ਗਾਰੰਟੀ ਲੈਣ ਲਈ ਤਿਆਰ ਨਹੀਂ ਹੈ ਸੋ ਇਸ ਤਰ੍ਹਾਂ ਦੀ ਸਥਿਤੀ ਚ ਜਿਹੜਾ ਇਹ ਨਮਾ ਕਰਜ਼ਾ ਜਿਹੜਾ ਪੰਜਾਬ ਖੇਤੀ ਵਿਕਾਸ ਬੈਂਕ ਨੇ ਲੈਣਾ ਸੀ ਉਹ ਉਹਦਾ ਕੰਮ ਲਟਕ ਗਿਆ ਇਹਦੇ ਕਰਕੇ ਵੀ ਜਿਹੜਾ ਇਹ ਬੈਂਕ ਹੈ ਜਿਹਨੂੰ ਇਹਨੂੰ ਸਮੱਸਿਆਵਾਂ ਦਾ ਸਾਹਮਣਾ ਤੇ ਅੱਗੇ ਜੇ ਨਵੇਂ ਕਰਜ਼ੇ ਨਹੀਂ ਮਿਲਦੇ ਤੇ ਕਿਸਾਨਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ 4500 ਕਰੋੜ ਰੁਪਇਆ ਇੱਕ ਫਸਲ 'ਚ ਜਿਹੜਾ ਕਿਸਾਨ ਨੂੰ ਕਰਜ਼ਾ ਇਹ ਬੈਂਕ ਦਿੰਦਾ ਤੇ ਹੁਣ ਖਬਰ ਇਹ ਆਈ ਆ ਕਿ ਇਸ ਵਾਰ ਸਿਰਫ ਉਹ 9 ਕਰੋੜ ਰੁਪਇਆ ਜਿਹੜਾ ਸਿਰਫ ਕਰਜ਼ਾ ਦੇ ਸਕਿਆ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਸੰਕਟ ਪੈਦਾ ਹੋ ਗਿਆ ਪੰਜਾਬ ਸਰਕਾਰ ਨੂੰ ਉਹਨੇ ਕਿੰਨੀ ਰਾਹਤ ਦੇਣੀ ਆ ਕਦੋਂ ਦੇਣੀ ਆ ਇਹ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਕਿਸਾਨ ਢੀਕ ਲਾ ਕੇ ਬੈਠੇ ਆ ਕਿ ਸਾਡਾ ਕਰਜ਼ਾ ਮਾਫ ਹੋ ਜਾਣਾ ਉਹਨਾਂ ਨੂੰ ਕੁਝ ਪਤਾ ਲੱਗ ਸਕੇ ਨਹੀਂ ਨਹੀਂ ਤਾਂ ਕੋ ਆਪਣੇ ਸਾਧਨਾਂ ਤੋਂ ਥੋੜਾ ਬੋਧਾ ਕਿਸਾਨ ਕਰਜ਼ਾ ਵਾਪਸ ਕਰਨਗੇ ਤੇ ਨਵਾਂ ਲੈਣਗੇ ਇਹ ਸਾਰਾ ਹੀ ਕੰਮ ਜਿਹੜਾ ਰੁਕਿਆ ਹੋਇਆ ਹੈ ਤੋਂ ਪੰਜਾਬ ਸਰਕਾਰ ਨੇ ਟਰੱਕ ਜੂਨੀਅਨ ਭੰਗ ਕਰ ਦਿੱਤੀ ਹੈ ਔਰ ਟਰੱਕ ਆਪਰੇਟਰ ਜਿਹੜੇ ਨੇ ਉਹ ਸੰਘਰਸ਼ ਦੇ ਰਾਹ ਤੁਰਪੈ ਨੇ ਉਹਨਾਂ ਨੇ ਐਲਾਨ ਕੀਤਾ ਕਿ 6 ਤੋਂ 9 ਜੁਲਾਈ ਤੱਕ ਅਸੀਂ ਟਰੱਕ ਨਹੀਂ ਚੱਲਣ ਦੇਵਾਂਗੇ ਨਹੀਂ ਚਲਾਵਾਂਗੇ ਔਰ ਸਰਕਾਰ ਜਿਹੜੀ ਹੈ ਇਹ ਫੈਸਲਾ ਵਾਪਸ ਲਵੇ ਕਿਸ ਤਰ੍ਹਾਂ ਦੇਖਦੇ ਹੋ ਇਸ ਸਥਿਤੀ ਨੂੰ ਔਰ ਸਰਕਾਰ ਦੇ ਇਸ ਫੈਸਲੇ ਨੂੰ ਡਿਪロイ ਸਰਬ ਸਮਝ ਨਹੀਂ ਲੱਗ ਰਹੀ ਕਿ ਪੰਜਾਬ ਸਰਕਾਰ ਕਰ ਕੀ ਰਹੀ ਹੈ ਇੱਕ ਪਾਸੇ ਤਾਂ ਕੈਪਟਨ ਸਾਹਿਬ ਨੇ ਇਹ ਵਾਅਦੇ ਕੀਤੇ ਆ ਲੋਕਾਂ ਨਾਲ ਕਿ ਹਰ ਘਰ 'ਚ ਇੱਕ ਸਰਕਾਰੀ ਨੌਕਰੀ ਦੇਣੀ ਹੈ ਜਿਹੜੇ ਨੌਜਵਾਨਾਂ ਨੂੰ ਮੋਬਾਈਲ ਫੋਨ ਵੀ ਲੈ ਕੇ ਦੇਣੇ ਆ ਜਿਹੜੀਆਂ ਵਿਧਵਾਵਾਂ ਦੀਆਂ ਤੇ ਬਜ਼ੁਰਗ ਬਜ਼ੁਰਗਾਂ ਦੀਆਂ ਪੈਨਸ਼ਨਾਂ 'ਚ ਵੀ ਵਾਧੇ ਕਰਨੇ ਆ ਸ਼ਗਨ ਸਕੀਮ 'ਚ ਵੀ ਜਿਹੜੇ ਪੈਸੇ ਆ ਸ਼ਗਨ ਸਕੀਮ ਦੇ ਉਹ ਵੀ ਵਧਾਣੇ ਆ ਤੇ ਇੰਨੇ بڑے ਕਿਸਾਨਾਂ ਦੇ ਕਰਜ਼ੇ ਵੀ ਮਾਫ ਕਰਨੇ ਆ ਦੂਜੇ ਪਾਸੇ ਜਿਹੜੇ ਲੋਕ ਆਪਣੇ ਯਤਨਾਂ ਨਾਲ ਰੋਜ਼ਗਾਰ ਕਮਾ ਰਹੇ ਆ ਆਪਣਾ ਗੁਜ਼ਾਰਾ ਕਰ ਰਹੇ ਆ ਉਹਨਾਂ ਨੂੰ ਬੇਰੁਜ਼ਗਾਰ ਕਰਨ ਦਾ ਫੈਸਲਾ ਕਰ ਲਿਆ ਸਰਕਾਰ ਨੇ ਉਹਨਾਂ ਟਰੱਕ ਆਪਰੇਟਰਾਂ ਪ੍ਰਤੀ ਵਪਾਰੀਆਂ ਨੂੰ ਕੋਈ ਸ਼ਿਕਾਇਤ ਹੈ ਸਨਤਕਾਰਾਂ ਨੂੰ ਕੋਈ ਸ਼ਿਕਾਇਤ ਹੈ ਜਾਂ ਟਰੱਕ ਆਪਰੇਟਰ ਜਿਹੜੇ ਆ ਕੋਈ ਬੇਨਿਜ਼ਮੀਆਂ ਕਰਦੇ ਆ ਉਹਨਾਂ ਦੀ ਮੀਟਿੰਗ ਬੁਲਾ ਕੇ ਪੰਜਾਬ ਸਰਕਾਰ ਨੂੰ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੁਣ ਜਿਹੜੇ ਇੱਕ ਇੱਕ ਦੋ ਦੋ ਟਰੱਕਾਂ ਵਾਲੇ ਆ ਉਹ ਆਪਣੇ ਨੇੜੇ ਦੇ ਸ਼ਹਿਰਾਂ ਚ ਉਹਨਾਂ ਨੇ ਜੂਨੀਅਨ ਚ ਟਰੱਕ ਪਾਇਆ ਜਿਹੜਾ ਹਫਤੇ ਦੋ ਹਫਤੇ ਬਾਅਦ ਕੋਈ ਵਾਰੀ ਆ ਜਾਂਦੀ ਏ ਇੱਕ ਅੱਧਾ ਉਹਨਾਂ ਦਾ ਘੇੜਾ ਲੱਗ ਜਾਂਦਾ ਤੇ ਉਹਨਾਂ ਦੀ ਰੋਟੀ ਰੋਜ਼ੀ ਚੱਲਦੀ ਏ ਤੇ ਜੇ ਜਿਹੜੀ ਇਹ ਟਰੱਕ ਯੂਨੀਅਨਾਂ ਤੋੜ ਦਿੱਤੀਆਂ ਜਾਣੀਆਂ ਤੇ ਕੁਝ 94 ਜਿਹੜੇ ਵੱਡੇ ਟਰਾਂਸਪੋਰਟਰ ਆ ਸਾਰੇ ਕਾਰੋਬਾਰ ਜਿਹੜੇ ਆ ਉਹਨਾਂ ਦੇ ਹੱਥ ਆ ਜਾਣਗੇ ਸਰਕਾਰੀ ਤੇ ਗੈਰ ਸਰਕਾਰੀ ਜਿਹੜੇ ਅਦਾਰੇ ਆ ਉਹਨਾਂ ਦੇ ਟੈਂਡਰ ਦੇ ਕੇ ਉਹਨਾਂ ਨੂੰ ਉਹ ਟਰਾਂਸਪੋਰਟ ਸਹੂਲਤਾਂ ਮਹੱਈਆ ਕਰਦਣਗੇ ਤੇ ਜਿਹੜੇ ਛੋਟੇ ਟਰੱਕ ਆਪਰੇਟਰ ਉਹਨਾਂ ਦੀ ਕਿਤੇ ਬਾਰੀ ਨਹੀਂ ਆਣੀ ਉਹਨਾਂ ਦੇ ਟਰੱਕ ਕਿਤੇ ਲੱਗਣੇ ਨਹੀਂ ਉਹਨਾਂ ਨੂੰ ਕੰਮ ਨਹੀਂ ਮਿਲਣਾ ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਇਹਦੇ ਨਾਲ ਪੈਦਾ ਹੋ ਜਾਏਗੀ ਕੈਪਟਨ ਸਾਹਿਬ ਨੂੰ ਆਪਣੀ ਜਿੱਦ ਤੇ ਅੜੇ ਨਹੀਂ ਰਹਿਣਾ ਚਾਹੀਦਾ ਬਲਕਿ ਟਰਾਂਸਪੋਰਟਰ ਉਹਨਾਂ ਨੂੰ ਮਿਲਣ ਗਏ ਸੀ ਆਪਣੇ ਮਸਲੇ ਰੱਖਣ ਗਏ ਸੀ ਜੇਕਰ ਪੰਜਾਬ ਸਰਕਾਰ ਨੂੰ ਟਰੱਕ ਆਪਰੇਟਰਾਂ ਟਰੱਕ ਯੂਨੀਅਨਾਂ ਤੋਂ ਕੋਈ ਇਤਰਾਜ਼ ਆ ਕੋਈ ਸ਼ਿਕਾਇਤਾਂ ਉਹ ਬੈਠ ਕੇ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ पर समुचे तौर ते ट्रक यूनियन नु तोडना कोई सयाना फैसला ਨਹੀਂ ਹੈ ਚਲਦੇ ਚਲਦੇ ਸ਼੍ਰੋਮਣੀ ਕਮੇਟੀ ਦੇ ਨਾਲ ਜੁੜੀ ਹੋਈ ਖਬਰ ਇੱਕ ਅਕਾਲੀ ਲੈਂਡ ਆ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੱਜ ਤੋਂ ਧਰਮ ਪ੍ਰਚਾਰ ਲਹਿਰ ਸ਼ੁਰੂ ਕੀਤੀ ਜਾ ਰਹੀ ਹੈ ਔਰ ਇਸ ਲਹਿਰ ਨੂੰ ਕੀ ਸ਼ੁਰੂ ਕਰਨ ਵਾਲੀ ਨੂੰ ਕਹਿੰਦੇ ਜੀ ਅਕਾਲੀ ਦਲ ਦੇ ਵੱਲੋਂ ਅਪਣਾਇਆ ਜਾ ਰਿਹਾ ਇੱਕ ਪੰਥਕ ਪੈਂਤੜਾ ਹੈਗਾ ਤੋ ਇਹ ਜੋ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਥਿਤੀ ਮਾਨਕ ਜੀ ਬਣੀ ਹੋਈ ਹੈ ਕਿ ਉਹਦੇ ਚੋਂ ਨਿਕਲਣ ਲਈ ਯਤਨ ਕੀਤੇ ਜਾ ਰਹੇ ਆ ਇਪ੍ਰਸਾਬ ਜਦੋਂ ਪੰਜਾਬ ਦੇ ਵਿੱਚ ਵਖ ਵਖ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਜਿਹੜੇ ਗੁਰਬਾਣੀ ਦੇ ਗੁੱਟਕੇ ਉਹਨਾਂ ਦੀ ਬੇਅਦਬੀ ਹੋਈ ਤੇ ਉਹਦੇ ਖਿਲਾਫ ਅੰਦੋਲਨ ਹੋਏ ਉਹਦੇ ਨਾਲ ਧਾਰਮਿਕ ਤੌਰ ਤੇ ਜਿਹੜੀ ਐ ਸ਼ਰਮਣੀ ਕਮੇਟੀ ਦੀ ਸਾਖ ਨੂੰ ਬੜਾ ਵੱਡਾ ਤੱਕਾ ਲਗਾ ਤੇ ਜਿਹੜੀ ਐ ਸ਼ਰਮਣੀ ਅਕਾਲੀ ਦਲ ਨੂੰ ਵੀ ਤੱਕਾ ਲਗਾ ਕਿਉਂਕਿ ਸ਼ਰਮਣੀ ਅਕਾਲੀ ਦਲ ਪੰਜਾਬ ਦੇ ਅੰਦਰ ਇੱਕ ਰਾਜਨੀਤਿਕ ਪਾਰਟੀ ਵੀ ਹੈ ਤੇ ਨਾਲ ਨਾਲ ਧਾਰਮਿਕ ਖੇਤਰ ਚ ਇੱਕ ਸਿੱਖ ਘਟਗਣਦੀ ਦੀ ਨਮਾਇੰਦਗੀ ਵੀ ਕਰਦੀ ਐ ਇਸ ਕਰਕੇ ਉਹਨਾਂ ਦਾ ਅਕਸ ਜਿਹੜਾ ਉਹ ਪ੍ਰਭਾਵਿਤ ਹੋਇਆ ਫੇਰ ਜਿਹੜਾ ਦੋਸ਼ੀ ਸਗੇ ਉਹ ਵੀ ਵੱਡੀ ਪੱਧਰ ਤੇ ਜਿਹੜੇ ਆ ਖਾਸ ਕਰਕੇ ਬਰਗਾੜੀ ਤੇ ਹੋਰ ਥਾਵਾਂ ਤੇ ਜਿੱਥੇ ਘਟਨਾਵਾਂ ਵਾਪਰੀਆਂ ਸੀ ਆ ਉਹ ਸਾਹਮਣੇ ਨਹੀਂ ਆ ਸਕੇ ਕੁਝ ਇੱਕ ਥਾਵਾਂ ਤੋਂ ਦਾ ਦੋਸ਼ੀ ਫੜੇਗਾ ਕੁਝ ਥਾਵਾਂ ਤੇ ਫੜੇ ਨਹੀਂ ਗਏ ਉਹਦੇ ਕਰਕੇ ਵੀ ਲੋਕਾਂ ਚ ਰੋਸ ਰਿਹਾ ਤੇ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਅਕਾਲੀ ਦਰਬਾਰ ਬਾਜ਼ਲ ਦੀਆਂ ਵਿਰੋਧੀ ਸੀਆਂ ਉਹਨਾਂ ਨੇ ਇਹਦਾ ਰਾਜਨੀਤਿਕ ਤੇ ਧਾਰਮਿਕ ਫਾਇਦਾ ਠਾਣ ਦੀ ਕੋਸ਼ਿਸ਼ ਵੀ ਕੀਤੀ ਹੁਣ ਆਕਾਲੀ ਦਲ ਜਦੋਂ ਚੋਣਾਂ ਹਾਰ ਗਿਆ ਤੇ ਉਹਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਆਪਣੀ ਜਿਹੜੀ ਹੈ ਰਾਜਨੀਤਿਕ ਤੇ ਧਾਰਮਿਕ ਸਾਖ ਦੀ ਬਹਾਲੀ ਲਈ ਜਿਹੜਾ ਧਰਮ ਪ੍ਰਚਾਰ ਮਹਿੰਮ ਚਲਾਈ ਜਾਏ ਇਹ ਸ਼੍ਰੋਮਣੀ ਕਮੇਟੀ ਦੇ ਰਾਹੀਂ ਆਕਾਲੀ ਦਲ ਇਹ ਮਹਿੰਮ ਚਲਾ ਸਕਦਾ ਇੱਕ ਪੱਤਰਕਾਰ ਦੇ ਤੌਰ ਤੇ ਮੈਂ ਇਹ ਕਹਿਣਾ ਚਾਹਨਾ ਕਿ ਆਕਾਲੀ ਦਲ ਆਪਣੀ ਧਾਰਮਿਕ ਤੇ ਰਾਜਨੀਤਿਕ ਸਾਖ ਬਹਾਲ ਕਰਨ ਲਈ ਹੀ ਇਹ ਮਹਿੰਮ ਨਾ ਚਲਾਵੇ ਬਲਕਿ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਲਈ ਵੀ ਜਿਹੜੀ ਹੈ ਮਹਿੰਮ ਚਲਾਈ ਜਾ ਸਕਦੀ ਹੈ ਖਾਸ ਕਰਕੇ ਜਿਹੜੀ ਹੈ ਸ਼ਰਮਣੀ ਕਮੇਟੀ ਹੈ ਉਸ ਸਾਦੇ ਵਿਆਹ ਛੱਡੀਆਂ ਕਰਨ ਲਈ ਮਹਿੰਮ ਚਲਾਵੇ ਲੋਕਾਂ ਨੂੰ ਨਸ਼ੇ ਛੱਡਣ ਲਈ ਮਹਿੰਮ ਚਲਾਵੇ ਜਿਹੜੇ ਕਿਸਾਨ ਆ ਉਹਨਾਂ ਜਿਹੜੇ ਆਪਣਾ ਜਿਨ੍ਹਾਂ ਦਾ ਮਨੋਬਲ ਟੁੱਟ ਚੁੱਕਾ ਉਹਨਾਂ ਦਾ ਮਨੋਬਲ ਮਜ਼ਬੂਤ ਕਰਨ ਲਈ ਵੀ ਕੰਮ ਕਰੇ ਇਸ ਤੋਂ ਇਲਾਵਾ ਜਿਹੜੇ ਇਤਿਹਾਸਕ ਗੁਰਦੁਆਰੇ ਆ ਸਾਰੇ ਪੰਜਾਬ 'ਚ ਉਹਨਾਂ ਦੇ ਵਿੱਚ ਕੁਦਰਤੀ ਖੇਤੀ ਦੇ ਕੈਂਪ ਲਵਾਏ ਤਾਂ ਕਿ ਜੇ ਅਸੀਂ ਖੇਤੀ ਨੂੰ ਲਾਭਕਾਰੀ ਬਣਾਣਾ ਇਹ ਜਿਹੜੀ ਰਸਾਇਣਾਂ ਖੇਤੀ ਹੈ ਜਿਹਦੇ ਚ ਕੀਟਨਾਸ਼ਕ ਨਦੀਨ ਨਾਸ਼ਕ ਤੇ ਖਾਦਾਂ ਬੀਜ ਬਹੁਤ ਮਹਿੰਗੇ ਲੈ ਕੇ ਪਹੁੰਚੇ ਪੈਂਦੇ ਆ ਜਿਹਦੇ ਨਾਲ ਕਿਸਾਨ ਨੂੰ ਪੈਸੇ ਨਹੀਂ ਬਚਦੇ ਤੇ ਕਿਸਾਨ ਨੂੰ ਘਾਟਾ ਪੈਂਦਾ ਖੇਤੀ ਨੂੰ ਲਾਹੇਵੰਦੀ ਬਣਾਉਣ ਲਈ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਪੰਜਾਬ ਤੋਂ ਬਾਹਰੋਂ ਜਿਹੜੇ ਕੁਦਰਤੀ ਖੇਤੀ ਦੇ ਮਾਹਰ ਆ ਉਹਨਾਂ ਨੂੰ ਬੁਲਾਵੇ ਗੁਰਦੁਆਰਿਆਂ ਦੇ ਵਿੱਚ ਕੈਂਪ ਲੱਗਣ ਤਾਂ ਕਿ ਖੇਤੀ ਕਰਨ ਵਾਲੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਜਿਹੜੀਆਂ ਖੇਤੀ ਲਾਗਤਾਂ ਉਹਨਾਂ ਦੇ ਵਿੱਚ ਕਮੀ ਹੋ ਸਕੇ ਸੋ ਜੇ ਧਰਮ ਪ੍ਰਚਾਰ ਮਹਿੰਮ ਚਲਾਨੀ ਆ ਉਹ ਸਿਰਫ ਨਗਰ ਕੀਰਤਨ ਕਰਤਾ ਕੀਰਤਨ ਦਰਬਾਰ ਕਰਾਤਾ ਜਾਂ ਕਿਤੇ ਕੋਈ ਹੋਰ ਮੀਟਿੰਗ ਕਰ ਲਈ ਇੱਥੇ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਬਲਕਿ ਸਿੱਖ ਧਰਮ ਦੀ ਰੋਸ਼ਨੀ ਚ ਜਿਹੜੀਆਂ ਵਰਤਮਾਨ ਰਾਜਨੀਤਿਕ ਆਰਥਿਕ ਸਮਾਜਿਕ ਸਮੱਸਿਆਵਾਂ ਇਹਨਾਂ ਦੇ ਹੱਲ ਵੀ ਜਿਹੜੇ ਆ ਸ਼੍ਰੋਮਣੀ ਕਮੇਟੀ ਨੂੰ ਲੋਕਾਂ ਦੇ ਸਾਹਮਣੇ ਰੱਖਣੇ ਚਾਹੀਦੇ ਆ ਤਾਂ ਕਿ ਜਿਹੜਾ ਇਹ ਇਸ ਵੇਲੇ ਬਹੁ ਪੱਕੀ ਸੰਕਟ ਜਿਹਦਾ ਕਿਸਾਨੀ ਤੇ ਪੰਜਾਬ ਦੇ ਲੋਕ ਸਾਹਮਣਾ ਕਰ ਰਹੇ ਆ ਉਹ ਉਹਦੇ ਵਿੱਚੋਂ ਕੋਈ ਉਹਨਾਂ ਨੂੰ ਰਸਤਾ ਮਿਲ ਸਕੇ ਜੀ ਤੋਂ ਭਾਰਤ ਚੀਨ ਵਿਚਾਲੇ ਇਨੀ ਦਿਨੀ ਕਾਫੀ ਤਣਾਅ ਬਣਿਆ ਹੋਇਆ ਸਾਡੇ ਰੱਖਿਆ ਮੰਤਰੀ ਅਰਣ ਜੇਤਲੀ ਹੁਰਾਂ ਨੇ ਕਿਹਾ ਹੈਗਾ ਕਿ 1962 ਅਤੇ 2017 ਦਰਮਿਆਨ ਕਾਫੀ ਵੱਡਾ ਅੰਤਰ ਹੈਗਾ ਮਾਨੀ ਜੀ ਇਹ ਸਿੱਕਮ ਦੇ ਖੇਤਰ ਦੇ ਵਿੱਚ ਜਿਹੜਾ ਤਣਾਅ ਪੈਦਾ ਹੋਇਆ ਉਸ ਪ੍ਰਸੰਗ ਚ ਇਹ ਗੱਲ ਕਹੀ ਹੈ ਪ੍ਰੋਫੈਸਰ ਸਾਹਿਬ ਜਿਹੜਾ ਚੀਨ ਤੇ ਭਾਰਤ ਦੇ ਦਰਮਿਆਨ ਜਿਹੜਾ ਇਸ ਵੇਲੇ ਟਕਰਾ ਪੈਦਾ ਹੋਇਆ ਉਹ ਹੋਇਆ ਜਿਹੜਾ ਸਿਕਮ ਦੇ ਨੇੜੇ ਜਿਹੜਾ ਡੋਕ ਲਾਮ ਇੱਕ ਪਠਾਰ ਹੈ ਉੱਥੇ ਤੱਕ ਚੀਨ ਜਿਹੜਾ ਸੜਕ ਬਣਾਣੀ ਚਾਹੁੰਦਾ ਉਹ ਇਲਾਕਾ ਜਿਹੜਾ ਪਠਾਨ ਦਾ ਇਲਾਕਾ ਤੇ ਪਠਾਨ ਕਿਉਂਕਿ ਸੁਰੱਖਿਆ ਦੇ ਪੱਖ ਤੋਂ ਭਾਰਤ ਤੇ ਨਿਰਭਰ ਕਰਦਾ ਇਸ ਕਰਕੇ ਉਹ ਉੱਥੇ ਜਿਹੜੀ ਚੀਨ ਸੜਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਭਾਰਤ ਦੀ ਫੌਜ ਨੇ ਜਾ ਕੇ ਉੱਥੇ ਜਿਹੜਾ ਉਹ ਸੜਕ ਬਣਾਉਣ ਨੂੰ ਰੋਕਿਆ ਉਹਨਾਂ ਨੇ ਇਹਦੇ ਤੋਂ ਚੀਨ ਬੜਾ ਤਿਲ ਮਲਾਇਆ ਹੋਇਆ ਚੀਨ ਇਹ ਦਾਵਾ ਕਰਦਾ ਕਿ ਇਹ ਇਲਾਕਾ ਜਿਹੜਾ ਡੋਕਲਾਮ ਪਠਾਰਿਆ ਉਹ ਚੀਨ ਦੇ ਖੇਤਰ ਚ ਆਉਂਦੀ ਹੈ ਭਾਰਤ ਦਾ ਸਪਸ਼ਟ ਕਹਿਣਾ ਕਿ ਇਹ ਚੀਨ ਦਾ ਇਲਾਕਾ ਨਹੀਂ ਬਲਕਿ ਪਠਾਨ ਦਾ ਇਲਾਕਾ ਹੈ ਪਠਾਨ ਨੇ ਇਹਦੇ ਤੇ ਇਤਰਾਜ਼ ਵੀ ਕੀਤਾ ਚੀਨ ਦੇ ਕੋਲ ਪਰ ਚੀਨ ਭਾਰਤ ਨੂੰ ਕਹਿ ਰਿਹਾ ਹੈ ਤੀਜੀ ਤੇ ਰਿਹਾ ਤੁਸੀਂ ਇੱਥੇ ਤੁਹਾਡਾ ਦਖਲ ਦੇਣਾ ਬਣਦਾ ਨਹੀਂ ਹੈ ਤੇ ਉਹ ਜਿਹੜਾ ਸੜਕ ਉੱਥੇ ਬਣਾਉਣ ਲਈ ਬਜੇ ਰਿਹਾ ਤੇ ਉਧਰ ਉਹਦੀ ਫੌਜ ਖੜੀ ਹੈ ਇੱਧਰ ਭਾਰਤ ਦੀ ਫੌਜ ਖੜੀ ਹੈ ਤਣਾਅ ਤੇ ਟਕਰਾ ਪੈਦਾ ਹੋਇਆ ਪ੍ਰੋਫੈਸਰ ਸਾਡੇ ਜਿਹੜੇ ਉੱਤਰ ਪੂਰਬ ਦੇ ਸੱਤ ਰਾਜ ਆ ਉਹਨਾਂ ਨਾਲ ਸਾਡਾ ਨਾਤਾ ਜਿਹੜਾ ਜੁੜਦਾ ਭਾਰਤ ਦਾ ਉਹ ਸੁਲੀ ਗੁੜੀ ਕੋਰੀਡੋਰ ਨਹੀਂ ਜੁੜਦਾ ਹੈ ਤੇ ਉਹ ਜਿਹੜੀ ਪੱਟੀ ਹੈ ਸਿਰਫ 14 ਕਿਲੋਮੀਟਰ ਚੌੜੀ ਹੈ ਅਗਰ ਆ ਕੇ ਜਿਹੜਾ ਚੀਨ ਸੜਕ ਬਣਾ ਕੇ ਜਿਹੜਾ ਡੋ ਕਲਾਮ ਪਠਾਰ ਦੇ ਉੱਤੇ ਆ ਕੇ ਬੈਠ ਜਾਂਦਾ ਤੇ ਕਿਸੇ ਵੀ ਵੇਲੇ ਜੇ ਚੀਨ ਨਾਲ ਸਾਡਾ ਟਕਰਾਅ ਪੈਦਾ ਹੁੰਦਾ ਜਾਂ ਤਣਾਅ ਪੈਦਾ ਹੁੰਦਾ ਚੀਨ ਸਾਡੇ ਤੋਂ ਨਰਾਜ਼ ਹੋ ਜਾਂਦਾ ਤੇ ਉੱਥੋਂ ਉੱਠ ਕੇ ਇਹ 14 ਕਿਲੋਮੀਟਰ ਦਾ ਜਿਹੜਾ ਇਲਾਕਾ ਹੈ ਇਹਦੇ ਤੇ ਕਬਜ਼ਾ ਕਰਕੇ ਜਿਹੜੀਆਂ ਸਾਡੀਆਂ ਸਟੇਟਾਂ ਜਿਹੜੀਆਂ ਉੱਤਰ ਪੂਰਬ ਦੀਆਂ ਉਹ ਭਾਰਤ ਤੋਂ ਖੋਹ ਸਕਦਾ ਛੇਰ ਇਸ ਕਰਕੇ ਭਾਰਤ ਜਿਹੜਾ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਇਸ ਗੱਲ ਤੋਂ ਬੜਾ ਚਿੰਤਤ ਹੈ ਇਹ ਗੱਲਬਾਤ ਜਾਰੀ ਹੈ ਕਿ ਜੋ ਕੀ ਹੱਲ ਨਿਕਲਦਾ ਜਾਂ ਨਹੀਂ ਨਿਕਲਦਾ ਕਹਿ ਨਹੀਂ ਸਕਦੇ ਚੀਨ ਨੇ ਇਹ ਕਹਿਤਾ ਕਿ ਜਦੋਂ ਤੱਕ ਤੁਸੀਂ ਆਪਣੀ ਫੌਜ ਇਥੋਂ ਵਾਪਸ ਨਹੀਂ ਬੁਲਾਉਂਦੇ ਅਸੀਂ ਕੋਈ ਗੱਲ ਨਹੀਂ ਕਰਨੀ ਸੋ ਇਹ ਮਸਲਾ ਭਾਰਤ ਦੀ ਸੁਰੱਖਿਆ ਦਾ ਵੀ ਹੈ ਮਸਲਾ ਪਟਾਨ ਦੀ ਸੁਰੱਖਿਆ ਦਾ ਵੀ ਆ ਕਿਉਂਕਿ ਪਟਾਨ ਆਪਣੀ ਸੁਰੱਖਿਆ ਲਈ ਭਾਰਤ ਤੇ ਨਿਰਭਰ ਕਰਦਾ ਭਾਰਤ ਨਾਲ ਉਹਦਾ ਸਮਝੌਤਾ ਹੈ ਇਸ ਕਰਕੇ ਭਾਰਤ ਨੂੰ ਉੱਥੇ ਦਖਲ ਦੇਣਾ ਪੈ ਰਿਹਾ ਜੀ ਤੋਂ ਖਬਰਾਂ ਦੇ ਆਦ ਪੜ ਦੀ ਇਸ ਕੜੀ ਨੂੰ ਅਸੀਂ ਇੱਥੇ ਹੀ ਸਪੀਟਦੇ ਹਾਂ ਮਾਨਕ ਜੀ ਤੁਹਾਡਾ ਧੰਨਵਾਦ ਸ਼ੁਕਰੀਆ